ਮੇਰੇ ਇਹਗੀ ਵੀ ਇਹਦਾ ਨਾਮ ਪਿਆ ਜੀ ਮੇਰਾ ਕੋਈ ਫਰੈਂਡ ਸੀਗਾ ਅੱਜ ਤੋਂ 10 ਸਾਲ ਪਹਿਲਾਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਕਹਿੰਦੇ ਕੋਈ ਛੋਟ ਨੇਮ ਰੱਖੋ ਜਿੱਦਾਂ ਚੱਲ ਰਿਆ ਸੀ ਮਾਹੌਲ ਚੱਲ ਰਿਹਾ ਸੀ ਤੇ ਫਿਰ ਰਾਹੁਲ ਮੇਰਾ ਸਰਨੇਮ ਬਦਵਾ ਰਾਹੁਲ ਬਦਵਾਰ ਉਹ ਤੋਂ ਨਾਮ ਪਿਆ ਆਰਦੀ ਉਰੀਦ ਦਾ ਸ਼ੌਂਕ ਜੀ ਮੈਨੂੰ ਮੇਰੇ ਫਾਦਰ ਸਾਹਿਬ ਤੋਂ ਪਿਆ ਉਹ ਜਾਗਰਣ ਕਰਦੇ ਨੇ ਤੇ ਛੋਟਾਂ ਤੋਂ ਮੈਂ ਵੀ ਉਹਨਾਂ ਨਾਲ ਜਾਣਾ ਹੁੰਦਾ ਸੀ ਜਾਗਰਣ ਤੇ ਮੈਂ ਨਵਾਂ ਦੇਖ ਕੇ ਮਨ ਸ਼ੌਕ ਪਿਆ ਫਿਰ 8th ਕਲਾਸ ਤੋਂ ਬਾਅਦ ਜਦ ਮੇਰੀ 8th ਕਲਾਸ ਕੰਪਲੀਟ ਹੋਈ ਤੇ ਪਾਪਾ ਨੇ ਮੈਨੂੰ ਮੇਰੇ ਉਸਤਾਦ ਸ਼੍ਰੀ ਸਮੀਰ ਰਾਣਾ ਜੀ ਉਹਨਾਂ ਕੋਲ ਮੈਨੂੰ ਕਲਾਸੀਕਲ ਦੀ ਤਾਲੀਮ ਲੈਣ ਵਾਸਤੇ ਭੇਜਿਆ ਵਿਦਿਆ ਜੀ 8th ਕਲਾਸ ਦੇ ਵਿੱਚ ਤੁਹਾਨੂੰ 6th ਕਲਾਸ ਤੋਂ ਬਾਅਦ ਸਿੱਖਣਾ ਸ਼ੁਰੂ ਕਰਤਾ 10th ਕਲਾਸ ਤੋਂ ਬਾਅਦ ਆਪਣਾ ਪਲੱਸ 2 ਕੀਤੀ ਉਹਦੇ ਵਿੱਚ ਵੀ ਮੇਰਾ ਐਜ਼ੀ 뮤직 ਸਬਜੈਕਟ ਸੀ ਫਿਰ ਗ੍ਰੈਜੂਏਸ਼ਨ ਕੀਤੀ ਉਹਦੇ ਵਿੱਚ ਵੀ 뮤직 ਸਬਜੈਕਟ ਸੀ ਫਿਰ ਮੈਂ ਮਾਸਟਰ ਕੀਤੀ ਗੁਰੂ ਨਾਨਕ ਦੇਵ ਜੁਨੀਵਰਸਿਟੀ ਤੋਂ ਤੇ ਉਹ ਵੀ 뮤직 ਦੇ ਵਿੱਚ ਕੀਤੀ ਸਭ ਤੋਂ ਪਹਿਲੇ ਤੇ ਮਨਾ ਲਵਾਂਗਾ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਬੜਾਲੀ ਜੀ ਸਾਡੇ ਆਦਰਨੀਆ ਲਖਵਿੰਦਰ ਬੜਾਲੀ ਭਾਈ ਉਹਨਾਂ ਦੇ ਮੈਂ ਕਾਫੀ ਸਾਰੇ ਗੀਤ ਕੀਤੇ ਨੇ ਤੇ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਉਹਨਾਂ ਦਾ ਮੈਂ ਗੀਤ ਕੀਤਾ ਹੈ ਲੱਗੀਆਂ ਜ਼ੋਰ ਜ਼ੋਰ ਦੀ ਟੱਪੇ ਟੂ ਬਲਮਾ ਤੁੰਬਰੀ ਠੁੰਬਰੀ ਗਾਇਨਾ ਬਲਮਾ ਔਰ ਕੰਗਨਾ ਮਾਹੀਆ ਪਾਪਾ ਜੀ ਦੇ ਨਾਲ ਔਰ ਨਜ਼ਾਰਾ ਲਖਵਿੰਦਰ ਭਾਈ ਦਾ ਤੇ ਪਾਪਾ ਜੀ ਦਾ ਔਰ ਮੇਮਰ ਲਿਸਟ ਬਹੁਤ ਲੰਬੀ ਹੈਗੀ ਆ ਕਾਫੀ ਸਾਰੇ ਗਾਣੇ ਨੇ ਮੈਂ ਬੰਨਾ ਸਿੰਗਰ ਬਣਨਾ ਸੀ ਮੈਂ ਸ਼ੌਂਕ ਗਾਉਂਦਾ ਸੀ ਬਟ ਪਾਪਾ ਨੇ ਜਿੱਦਾਂ ਕਿਹਾ ਕਿ ਤੂੰ 뮤ਜ਼ਿਕ ਡਾਇਰੈਕਟਰ ਬੰਨਾ ਹੈ ਹੈਨਾ ਤੇ ਫਿਰ ਉਸ ਡਾਇਰੈਕਸ਼ਨ ਚ ਪਰਮਾਤਮਾ ਨੇ ਜੋ ਹੁੰਦਾ ਉਸ ਦੀ ਮਰਜ਼ੀ ਦੇ ਨਾਲ ਹੀ ਹੁੰਦਾ ਹੈ ਹੈਨਾ ਉਹਨੇ ਆਪਣੇ ਆਪ ਹੀ ਉਸ ਰਸਤੇ 'ਚ ਮੋੜ ਦਿੱਤਾ ਤੇ ਮੇਰਾ ਹੁਣ ਏਮ ਸਟਾਰਟਿੰਗ ਤੇ ਮੇਰਾ ਗੋਲ ਇਹੀ ਹੈ ਕਿ ਆਪਣਾ ਬਾਲੀਵੁੱਡ ਫਿਲਮਸ ਦੇ ਵਿੱਚ 뮤ਜ਼ਿਕ ਮੇਰਾ ਆਵੇ ਤੇ ਚਲੋ ਉਸ ਰਸਤੇ ਤੇ ਆਪਾਂ ਤੁਰ ਵੀ ਪਏ ਆ ਤੇ ਕਾਫੀ ਨੇੜੇ ਹੋਂ ਚੀਜ਼ ਦੇ ਰਾਹਰ ਸਾਹਿਬ ਦੇ ਜਿਹੜਾ ਗਾਣਾ ਕੀਤਾ ਨੇ ਹਨਾ ਉਹਨਾਂ ਵਿੱਚ ਇੱਕ ਗਾਣਾ ਹੈ ਉਹਦੀ ਕੰਪੋਜੀਸ਼ਨ ਮੈਨੂੰ ਨਹੀਂ ਲੱਗਦਾ ਵਿਥਿਨ 5 ਮਿੰਟ ਚ ਮੈਂ ਕੰਪੋਜੀਸ਼ਨ ਤਿਆਰ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਜਦੋਂ ਗਾਣਾ ਆਏਗਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ ਸਾਡੀ ਜ਼ਿੰਦਗੀ ਵਿੱਚ ਸੰਗੀਤ ਦੇ ਬਹੁਤ ਹੀ ਵੱਡੇ ਮਾਇਨੇ ਨੇ ਔਰ ਸੰਗੀਤ ਤੋਂ ਬਿਨਾਂ ਜ਼ਿੰਦਗੀ ਬੇਰੰਗ ਹੈ ਭਾਵੇਂ ਇਸਨਾਂ ਕਹਿ ਲਈ ਬਿਨ ਸੰਗੀਤ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਤਾਂ ਅੱਜ ਸਾਨੂੰ ਉਸ ਉੱਬਰ ਦੇ ਸੰਗੀਤਕਾਰ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਬਹੁਤ ਸਾਰੇ ਸਿੰਗਰਜ਼ ਨਾਲ ਕੰਮ ਕੀਤਾ ਹੈ ਮੇਰੀ ਮੁਰਾਦ ਹੈ ਆਰਬੀਨਾ ਆਰਬੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੁਝ ਪਹਿਲੇ ਇਹ ਦੱਸੋ ਆਰਬੀ ਦਾ ਕੀ ਮਤਲਬ ਕੀ ਹੈ ਨਾਮ ਕਿਸ ਨੇ ਆਰਬੀ ਰੱਖਿਆ ਤੁਸੀਂ ਆਰਬੀ ਇਹਦਾ ਨਾਮ ਪਿਆ ਜੀ ਮੇਰਾ ਕੋਈ ਫਰੈਂਡ ਸੀਗਾ ਅੱਜ ਤੋਂ 10 ਕੇ ਸਾਲ ਪਹਿਲਾਂ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਤੇ ਇਹ ਕਹਿੰਦੇ ਕੁਝ ਸ਼ੋਰਟ ਨੇਮ ਰੱਖੋ ਜਿਹਦਾ ਚੱਲ ਰਿਹਾ ਸੀ ਮਾਹੌਲ ਚੱਲ ਰਿਹਾ ਸੀ ਅੱਛਾ ਜੀ ਤੇ ਫਿਰ ਰਾਹੁਲ ਮੇਰਾ ਸਰਨੇਮ ਬਦਵਾ ਰਾਹੁਲ ਬਦਵਾਰ ਉਹ ਤੋਂ ਨਾਮ ਪਿਆ ਆਰ ਬੀ ਅੱਛਾ ਰਾਹੁਲ ਜੀ ਮਿਊਜ਼ਿਕ ਦਾ ਸ਼ੌਂਕ ਕਿੱਥੋਂ ਤੁਹਾਨੂੰ ਪਿਆ ਕਿੰਨੇ ਸਾਲ ਦੀ ਉਮਰ ਵਿੱਚ ਮਿਊਜ਼ਿਕ ਦਾ ਸ਼ੌਂਕ ਪਿਆ ਔਰ ਪਾਪਾ ਕੀ ਕਰਦੇ ਤੁਹਾਡੇ ਸੰਗੀਤ ਦਾ ਸ਼ੌਂਕ ਜੀ ਮੈਨੂੰ ਮੇਰੇ ਫਾਦਰ ਸਾਹਿਬ ਤੋਂ ਪਿਆ ਉਹ ਜਾਗਰਣ ਕਰਦੇ ਨੇ ਤੇ ਛੋਟਾ ਤਾਂ ਮੈਂ ਵੀ ਉਹਨਾਂ ਨਾਲ ਉਹ ਜਾਣਾ ਹੁੰਦਾ ਸੀ ਜਾਗਰਣ ਤੇ ਉਹਨਾਂ ਵੱਲ ਦੇਖ ਕੇ ਮੈਨੂੰ ਸ਼ੌਂਕ ਪਿਆ ਫਿਰ 8th ਕਲਾਸ ਤੋਂ ਬਾਅਦ ਜਦ ਮੇਰੀ 8th ਕਲਾਸ ਕੰਪਲੀਟ ਹੋਈ ਤੇ ਪਾਪਾ ਨੇ ਮੈਨੂੰ ਮੇਰੇ ਉਸਤਾਦ ਸ਼੍ਰੀ ਸਮੀਰ ਰਾਣਾ ਜੀ ਉਹਨਾਂ ਕੋਲ ਮੈਨੂੰ ਕਲਾਸੀਕਲ ਦੀ تعلیم ਲੈਣ ਵਾਸਤੇ ਭੇਜਿਆ ਜੀ ਤੇ ਉਦੋਂ ਸੰਗੀਤ ਦੀ ਜਰਨੀ ਸ਼ੁਰੂ ਹੋਈ ਸਿੱਖਣਾ ਸ਼ੁਰੂ ਕੀਤਾ ਤੇ 5-7 ਸਾਲ 10 ਸਾਲ ਸਿੱਖਦੇ ਸਿੱਖਦੇ ਹਨਾ ਕਲਾਸੀਕਲ ਦੀ ਟ੍ਰੇਨਿੰਗ ਲੈ ਰਹੇ ਸੀ ਉਹਦੇ ਦੌਰਾਨ ਜਦੋਂ ਮੈਂ ਕੰਮ ਕਰ ਰਿਹਾ ਸੀ ਉਦੋਂ ਪਾਪਾ ਦੇ ਮਨ ਦੇ ਵਿੱਚ ਗਾਇ ਹੈ ਕਿ ਤੂੰ ਸਿੰਗਰ ਨਹੀਂ ਬੰਨਣਾ ਤੂੰ ਬੰਨਣਾ ਹੈ 뮤ਜ਼ਿਕ ਡਾਇਰੈਕਟਰ ਮੈਂ ਕਹਿੰਦਾ ਸੀ 뮤ਜ਼ਿਕ ਡਾਇਰੈਕਟਰ ਬੰਨਣਾ ਬਹੁਤ ਔਖਾ ਹੈ ਮੈਂ ਜੋ ਦੇਖਦਾ ਸੀ ਤੇ ਮੈਂ ਕਿਹਾ ਨਹੀਂ ਇਹ ਮੇਰੇ ਵਾਸਤੇ ਦੀ ਗੱਲ ਨਹੀਂ ਗੀ ਫਿਰ ਪਤਾ ਨਹੀਂ ਚੱਲਿਆ ਕਿਦਾਂ ਉਸ ਲਾਈਨ ਦੇ ਵਿੱਚ ਉਧਰ ਤੁਰ ਪਿਆ ਤੇ ਮੇਰੇ ਉਸਤਾਦ ਜਿਨ੍ਹਾਂ ਕੋ ਮੈਂ ਸਟੂਡੀਓ ਦਾ ਕੰਮ ਸਿੱਖਿਆ ਐਜ਼ ਅ ਮਿਸ ਡਾਇਰੈਕਸ਼ਨ ਲਾਈਨ ਦੇ ਵਿੱਚ ਮੈਂ ਆਇਆ ਮੇਰੇ ਉਸਤਾਦ ਸ਼੍ਰੀ ਕਵਲਜੀਤ ਬਬਲੂ ਜੀ ਤੇ ਫਿਰ ਚੱਲਦੇ ਗਏ ਚੱਲਦੇ ਗਏ ਰਸਤੇ ਮਿਲਦੇ ਗਏ ਤੇ ਅੱਜ ਤੁਹਾਡੇ ਸਾਹਮਣੇ ਬੈਠੇ ਆ ਅਗਲੇ ਗਿਵ ਅਪ ਨਹੀਂ ਕੀਤਾ ਤੁਸੀਂ ਫਿਰ ਅੱਗੇ ਤੁਸੀਂ ਆਪਣੀ ਮੰਜ਼ਿਲ ਤਰਾਸ਼ਣੀ ਸ਼ੁਰੂ ਕਰ ਦਿੱਤੀ ਜੀ 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 ਮੇਨ ਗੱਲ ਹੈ ਕਿ ਕੋਈ ਵੀ ਕੰਮ ਕੱਲਾ ਇਹੇ ਕੰਮ ਨਹੀਂ ਕੋਈ ਵੀ ਕੰਮ ਤੁਹਾਡੇ ਮਨ ਦੇ ਵਿੱਚ ਇੱਛਾ ਹੋਣੀ ਚਾਹੀਦੀ ਹੈ ਕਿ ਮੈਂ ਕੰਮ ਕਰਨਾ ਹੈ ਉਹ ਤੁਹਾਨੂੰ ਚੀਜ਼ ਸਾਹਮਣੇ ਦਿਖਦੀ ਵੀ ਹੈ ਕਿ ਕੰਮ ਇਹ ਨਹੀਂ ਹੋ ਸਕਦੀ ਬਟ ਹੋ ਸਕਦੀ ਹੈ ਉਹ ਤੋਂ ਪਾਪਾ ਦਾ ਥਾਪੜਾ ਹੋਵੇ ਨਾਲ ਤੇ ਫਿਰ ਤੇ ਬੰਦਾ ਬਿਲਕੁਲ ਜੀ ਬਿਲਕੁਲ ਜਦੋਂ ਆਪਣਾ ਪੇਰੈਂਟਸ ਦਾ ਆਸ਼ੀਰਵਾਦ ਨਾਲ ਹੋਵੇ ਤੇ ਤੁਹਾਡੇ ਵਰਗੇ ਭਰਾਵਾਂ ਸਾਥ ਹੋਵੇ ਤੇ ਸਭ ਕੁਝ ਮੁਮਕਨ ਹੈ ਚਲੋ ਸੰਗੀਤ ਦੀ تعلیم ਤੁਸੀਂ ਹਾਸਲ ਕੀਤੀ ਤੇ ਜਿਹੜੀ 뮤ਜ਼ਿਕ ਵਿੱਚ ਵਿਦਿਆ ਕਿੰਨੀ ਕ ਹਾਸਲ ਕੀਤੀ ਨਾਲ ਵਿਦਿਆ ਜੀ 8th ਕਲਾਸ ਦੇ ਵਿੱਚ ਤੁਹਾਨੂੰ 6th ਕਲਾਸ ਤੋਂ ਬਾਅਦ ਸਿੱਖਣਾ ਸ਼ੁਰੂ ਕਰਤਾ 10th ਕਲਾਸ ਤੋਂ ਬਾਅਦ ਆਪਨਾ ਪਲੱਸ 2 ਕੀਤੀ ਉਹਦੇ ਵਿੱਚ ਵੀ ਮੇਰਾ ਐਜ਼ੀ 뮤ਜ਼ਿਕ ਸਬਜੈਕਟ ਸੀ ਫਿਰ ਗ੍ਰੈਜੂਏਸ਼ਨ ਕੀਤੀ ਉਹਦੇ ਵਿੱਚ ਵੀ 뮤ਜ਼ਿਕ ਸਬਜੈਕਟ ਸੀ ਫਿਰ ਮੈਂ ਮਾਸਟਰ ਕੀਤੀ ਗੁਰਨਾਨਕ ਦੇਵ ਯੂਨੀਵਰਸਿਟੀ ਤੋਂ ਤੇ ਉਹ ਵੀ 뮤ਜ਼ਿਕ ਦੇ ਵਿੱਚ ਕੀਤੀ ਕਲਾਸਿਕਲ ਵੋਕਲ ਦੇ ਵਿੱਚ ਰਾਹੁਲ ਜੀ ਹੁਣ ਤੱਕ 10 ਸਾਲ ਦੇ ਤੁਹਾਡੀ ਜਰਨੀ ਜਿਹੜੀ ਹੋ ਗਈ ਹੈ ਤੇ ਇਸ ਦੌਰਾਨ ਕਿਹੜੇ-ਕਿਹੜੇ ਸਿੰਗਰਸ ਨਾਲ ਤੁਹਾਨੂੰ ਜਿਹੜਾ ਕਿ ਸੰਗੀਤ ਦੇ ਦਾ ਜਿਹੜਾ ਮੌਕਾ ਮਿਲਿਆ ਸਭ ਤੋਂ ਪਹਿਲੇ ਤੇ ਮੈਂ ਨਾਮ ਲਵਾਂਗਾ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਜੀ ਸਾਡੇ ਆਦਰਨੀਆ ਲਖਨਦਾ ਵਡਾਲੀ ਭਾਜੀ ਉਹਨਾਂ ਦੇ ਮੈਂ ਕਾਫੀ ਸਾਰੇ ਗੀਤ ਕੀਤੇ ਨੇ ਤੇ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਉਹਨਾਂ ਦਾ ਮੈਂ ਗੀਤ ਕੀਤਾ ਹੈ ਲੱਗੀਆਂ ਜ਼ੋਰ ਜ਼ੋਰੀ ਟੱਪੇ ਟੂ ਬਲਮਾ ਠੰਬਰੀ ਠੰਬਰੀ ਗਾਇਨੇ ਬਲਮਾ ਹੋਰ ਕੰਗਨਾ ਮਾਹੀਆ ਪਾਪਾ ਜੀ ਦੇ ਨਾਲ ਹੋਰ ਨਜ਼ਾਰਾ ਲਖਵਿੰਦਰ ਪਾਈ ਦਾ ਤੇ ਪਾਪਾ ਜੀ ਦਾ ਹੋਰ ਮੈਂ ਲਿਸਟ ਬਹੁਤ ਲੰਬੀ ਹੈਗੀ ਆ ਕਾਫੀ ਸਾਰੇ ਗਾਣੇ ਨੇ ਕੁੱਲੀ ਐਂਡ ਰਾਂਝਾ ਪੱਲੇ ਪਾ ਦੇ ਸੋਹਣੀ ਕੰਡੇ ਤੇ ਖਲੋਗੇ ਹੁਣ ਲੇਟੈਸਟ ਹੋਰ ਵੀ ਆਪਣਾ ਟਰੈਕ ਜਿਹੜੇ ਆ ਆਉਣ ਵਾਲੇ ਨੇ ਉਹਨਾਂ ਦੇ ਸਿੰਗਲਸ ਨਾਲ ਲੜ ਕੇ ਕੰਮ ਕਰਨ ਦਾ ਮੌਕਾ ਮਿਲਿਆ ਹੁਣ ਲੇਟੈਸਟ ਮੈਂ ਆਪਣਾ ਜਿਹੜੇ ਪਾਕਿਸਤਾਨ ਤੋਂ ਰਾਹਤ ਸਾਹਿਬ ਉਹਨਾਂ ਦੇ ਮੈਂ ਤਿੰਨ ਟਰੈਕ ਮਤਲਬ ਲਾਈਨ ਅਪ ਨੇ ਦੋ ਦੋ ਦਾ ਕੰਮ ਹੋ ਚੁੱਕਾ ਹੈ ਉਹਨਾਂ ਦਾ ਵੀਡੀਓ ਦੀ ਪਲਾਨਿੰਗ ਚੱਲਦੀ ਪਈ ਹੈ ਤੇ ਉਹ ਵੀ ਜਲਦੀ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ ਜੀ ਕੋਈ ਐਸੀ ਮੂਵਮੈਂਟ ਐਸਾ ਪਲ ਹੋਵੇ ਜਾਂ ਐਸਾ ਕੋਈ ਸੰਗੀਤ ਹੋਵੇ ਜਿਹੜਾ ਕਿ ਬਿਲਕੁਲ ਦਿਲ ਦੇ ਕਰੀਬ ਹੋਵੇ ਨੇੜੇ ਹੋਵੇ ਮੇਰੇ ਨਾਲ ਆਪਣਾ ਆ ਇੱਕ ਵਾਰੀ ਬੈਠੇ ਸੀ ਮੈਂ ਤੇ ਲਖਵਿੰਦਰ ਭਾਈ ਬੈਠੇ ਸੀ ਤੇ ਉਹ ਕਹਿੰਦੇ ਕਿ ਤੁਹਾਡੇ ਜਿਹੜੇ ਮਨ ਦੇ ਕਰੀਬ ਹੈ ਨਾ ਉਹ ਦੋ ਗਾਣੇ ਮੈਨੂੰ ਦੱਸੋ ਤੇ ਉਹਨਾਂ ਦੇ ਆਪਾਂ ਵਰਕ ਕਰੀਏ ਤੇ ਜਿਹਨਾਂ ਦਾ ਲੇਟਸ ਤੁਹਾਨੂੰ ਨਾਂ ਲੈ ਕੇ ਆਟਿਆ ਸੀ ਸੋਹਣੀ ਕੰਡੇ ਤੇ ਖਲੋਕੇ ਰਾਂਝਾ ਬੱਲੇਬਾਦ ਇਹ ਉਹ ਮੇਰੇ ਦਿਲ ਦੇ ਬਹੁਤ ਕਰੀਬ ਨੇ ਇੱਕ ਇੱਕ ਠੰਮਰੀ ਬਲਮਗ ਕਦਰ ਨਹੀਂ ਜਾਣੇ ਜੀ ਤੇ ਜ਼ਿੰਦਗੀ ਵਿੱਚ ਨਿਸ਼ਾਨਾ ਕੀ ਹੈ ਬੰਨਾ ਕੀ ਚਾਹੁੰਦੇ ਸੋ ਕੀ ਮਿਊਜ਼ਿਕ ਡਾਇਰੈਕਟਰ ਹੀ ਬੰਨਾ ਚਾਹੁੰਦੇ ਸੀ ਜਾਂ ਕੋਈ ਹੋਰ ਵੀ ਖੁਆਇਸ਼ ਸੀ ਮੈਂ ਬੰਨਾ ਸਿੰਗਰ ਬਣਨਾ ਸੀ ਹਮ ਸ਼ੌਂਕ ਗਾਣਦਾ ਸੀ ਬਟ ਪਾਪਾ ਨੇ ਜਿੱਦਾਂ ਕਿਹਾ ਕਿ ਤੂੰ ਮਿਊਜ਼ਿਕ ਡਾਇਰੈਕਟਰ ਬੰਨਾ ਹੈ ਹੈਨਾ ਤੇ ਫਿਰ ਉਸ ਡਾਇਰੈਕਸ਼ਨ ਚ ਪ੍ਰਮਾਤਮਾ ਨੇ ਹੀ ਜੋ ਹੁੰਦਾ ਉਸ ਦੀ ਮਰਜ਼ੀ ਦੇ ਨਾਲ ਹੀ ਹੁੰਦਾ ਹੈ ਹੈਨਾ ਉਹਨੇ ਆਪਣੇ ਆਪ ਹੀ ਉਸ ਰਸਤੇ 'ਚ ਮੋੜ ਦਿੱਤਾ ਤੇ ਮੇਰਾ ਹੁਣ ਏਮ ਸਟਾਰਟਿੰਗ ਤੇ ਮੇਰਾ ਗੋਲ ਇਹੀ ਹੈ ਕਿ ਆਪਣਾ ਬੋਲੀਵੁੱਡ ਫਿਲਮਜ਼ ਦੇ ਵਿੱਚ ਮਿਊਜ਼ਿਕ ਮੇਰਾ ਆਵੇ ਤੇ ਚਲੋ ਉਸ ਰਸਤੇ ਤੇ ਆਪਾਂ ਤੁਰ ਵੀ ਪਏ ਆ ਤੇ ਕਾਫੀ ਨੇੜੇ ਹਾਂ ਉਸ ਚੀਜ਼ ਦੇ ਤੁਹਾਡੇ ਆਈਕਨ ਕੌਣ ਨੇ ਜ਼ਿੰਦਗੀ ਦੇ ਆਪਣਾ ਏ ਰਹਿਮਾਨ ਸਾਹਿਬ ਜੀ ਉਹਨਾਂ ਨੂੰ ਮੈਂ ਬਹੁਤ ਫੋਲੋ ਕਰਦਾ ਹਾਂ ਅੱਛਾ ਮਿਊਜ਼ਿਕ ਨੂੰ ਤੁਸੀਂ ਕੰਪੋਜੀਸ਼ਨ ਜੁ ਦਿਨੇ ਹੋ ਸੂਫੀ ਨੂੰ ਕਿੰਨਾ ਕੁ ਔਖਾ ਦੇਣਾ ਕੰਪੋਜ਼ ਕਰਨਾ ਸੂਫੀ ਸੰਗੀਤ ਅਦਾ ਕਿ ਜਿਹੜੀ ਪਰਮਾਤਮਾ ਦੇ ਨਾਲ ਜਿਸ ਚੀਜ਼ ਦਾ ਮੇਲ ਹੋਵੇ ਸੰਗੀਤ ਤੇ ਵੈਸੇ ਵੀ ਰੂਹ ਦੀ ਖੁਰਾਕ ਹੈ ਜੀ ਰੂਹ ਦੀ ਖੁਰਾਕ ਬਿਲਕੁਲ ਜੀ ਇਹ ਇਹ ਕੰਮ ਇਹਦਾ ਹੈ ਕਿ ਤੁਹਾਡਾ ਜਿਹੜਾ ਮਾਈਂਡ ਜਦੋਂ ਬਿਲਕੁਲ ਸ਼ਾਂਤ ਹੋਏਗਾ ਹੈਨਾ ਕੋਈ ਵੀ ਆਪਾਂ ਕੰਪੋਜੀਸ਼ਨ ਬਣਾਣੇ ਆ ਹਰ ਗਾਣੇ ਦਾ ਅਲੱਗ-ਅਲੱਗ ਸੂਫੀ ਦਾ ਅਲੱਗ ਮਾਹੌਲ ਆ ਅੱਜਕੱਲ ਜਿਹੜਾ ਸੰਗੀਤ ਚੱਲ ਰਿਹਾ ਹੈ ਅੱਜਕੱਲ ਬੀਟ ਪ੍ਰਧਾਨ ਗਾਣਾ ਚੱਲ ਰਿਹਾ ਹੈ ਫੋਕ Song ਅਲੱਗ ਕੈਟਾਗਰੀ ਆ ਔਰ ਠੁੰਬਰੀ ਗਾਇਨ ਅਲੱਗ ਕੈਟਾਗਰੀ ਕਲਾਸੀਕਲ ਗਾਇਨ ਅਲੱਗ ਕੈਟਾਗਰੀ ਆ ਬਟ ਸਾਨੂੰ ਜੋ ਜੋ ਅੱਜ ਕੱਲ ਦਾ ਯੂਥ ਜੋ ਪਸੰਦ ਕਰ ਰਿਹਾ ਉਸ ਦੀ ਡਿਮਾਂਡ ਡਿਮਾਂਡ ਜਾਂਦਾ ਕੀ ਕਿਹੜੀ ਚੀਜ਼ ਹੀ ਰਹਿੰਦੀ ਹੈ ਡਿਮਾਂਡ ਅੱਜ ਕੱਲ ਕੀ ਹੈ ਕਿ ਅੱਜ ਕੱਲ ਹਿਪ ਹੌਪ ਚੱਲ ਰਿਹਾ ਹੈ ਟਰੈਪ ਚੱਲ ਰਿਹਾ ਵਾ ਉਸ ਚੀਜ਼ ਨੂੰ ਮੁੱਖ ਰੱਖ ਕੇ ਉੱਤੇ ਵੀ ਆਪਣੇ ਕਾਫੀ ਗਾਣੇ ਮੇਰੇ ਲਾਈਨ ਅਪ ਨੇ ਉਹ ਆ ਰਹੇ ਨੇ ਬਟ ਜੋ ਰੂਹ ਦੀ ਖੁਰਾਕ ਹੈ ਉਹ ਲਾਈਟ ਸੰਗੀਤ ਆਪਣਾ ਸੂਫੀ ਗਾਇਨ ਹੈ ਨਾ ਉਹਦੇ ਵਰਗੀ ਤੇ ਮਤਲਬ ਉਹ ਗਾਲੀ ਲੱਗਿਆ ਪਰਮਾਤਮਾ ਨਾਲ ਜੋੜਦੀ ਆ ਜੀ ਤੇ ਕਿੰਨਾ ਕ ਸਮਾਂ ਲੱਗ ਜਾਂਦਾ ਤੁਸੀਂ ਇੱਕ ਗਾਣੇ ਨੂੰ ਕੰਪੋਜ਼ ਕਰਨਾ ਹੋਵੇ ਮਿਊਜ਼ਿਕ ਦੇਣਾ ਹੋਵੇ ਕਿੰਨਾ ਕ ਸਮਾਂ ਲੱਗ ਜਾਂਦਾ ਉਹ ਜੀ ਡਿਪੈਂਡ ਕਰਦਾ ਵਾ ਕਿ ਕਈ ਵਾਰ ਦੇ ਤੁਸੀਂ ਮੈਂ ਬੈਠਾ ਹਾਂ ਹੈਨਾ ਕਈ ਵਾਰ ਪਰਮਾਤਮਾ ਦੀ ਕਿਰਪਾ ਹੁੰਦੀ ਆ ਕਿ ਉਹ 5 ਮਿੰਟ ਚ ਤੁਹਾਡੇ ਸਾਹਮਣੇ ਕੰਪੋਜੀਸ਼ਨ ਆਸੀ ਬਣ ਜਾਏਗੀ ਤੇ ਉਹ ਇਦਾਂ ਦਾ ਮਾਹੌਲ ਆਏਗਾ ਕਿ ਗਾਣੇ ਵੀ ਸੂਪਰ ਡੂਪਰ ਹਿੱਟ ਗਏ ਨੇ ਕਈ ਗਾਣੇ ਹਨ ਤੇ ਕਈ ਵਾਰ ਤੁਸੀਂ ਬੈਠੇ ਰਹੋ ਤੁਸੀਂ ਦੋ ਤਿੰਨ ਦਿਨ ਬੈਠੇ ਰਹੋ ਉਹ ਗੱਲ ਆ ਹੀ ਨਹੀਂ ਬੰਦੀ ਕੋਈ ਸੂਪਰ ਉਪਰ ਜਿਹੜੇ ਹਿੱਟ ਤੁਸੀਂ ਗਾਣੇ ਦੀ ਗੱਲ ਕਰ ਰਹੇ ਹੋ ਕੁਝ ਦੋ ਤਿੰਨ ਗਾਣੇ ਦੱਸ ਦਿਓ ਕਿਹੜੇ کافی سارے ਗਾਣੇ ਨੇ ਮੇਰਾ ਆਪਣਾ ਇੱਕ ਬੇਨਕਾਬ ਗਾਣਾ ਆਇਆ ਸੀ ਉਹ ਵੀ ਆਪਣਾ ਕਾਫੀ ਅੱਛਾ ਰਿਹਾ ਲਖਵਿੰਦਰ ਲਖਵਿੰਦਰ ਭਾਈ ਦਾ ਔਰ ਰੰਗੀ ਗਈ ਸੋਹਣਿਆ ਔਰ ਕੁੱਲੀ ਟੱਪੇ ਟੂ ਲੱਗੀਆਂ ਜ਼ੋਰਾ ਜ਼ੋਰੀ کافی کافی سارے ਗਾਣੇ ਨੇ ਹੁਣ ਲੇਟੈਸਟ ਜਿਹੜਾ ਹੁਣ ਆਪਣਾ ਰਾਹਰ ਸਾਹਿਬ ਦੇ ਜਿਹੜਾ ਗਾਣੇ ਕੀਤੇ ਨੇ ਹਨਾ ਉਹਨਾਂ ਵਿੱਚ ਇੱਕ ਗਾਣਾ ਹੈ ਉਹ ਉਹਦੀ ਕੰਪੋਜੀਸ਼ਨ ਮੈਨੂੰ ਨਹੀਂ ਲੱਗਦਾ ਵਿਥਿਨ 5 ਮਿੰਟ ਚ ਮੈਂ ਕੰਪੋਜੀਸ਼ਨ ਤਿਆਰ ਕੀਤੀ ਆ ਤੇ ਮੈਨੂੰ ਉਮੀਦ ਆ ਕਿ ਜਦੋਂ ਗਾਣਾ ਆਏਗਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ ਆਪਣੀ ਲਾਈਫ ਤੋਂ ਕਿੰਨੇ ਕ ਕੈਰੀਅਰ ਤੋਂ ਸੈਟੀਸਫਾਈ ਹੋ ਤੁਸੀਂ 10 ਸਾਲ ਹੋ ਗਏ ਤੁਹਾਨੂੰ SSC ਨਾਲ ਜੁੜਿਆ ਹੋਇਆ ਤੇ ਕਿੰਨੇ ਕ ਸੈਟੀਸਫੈਕਸ਼ਨ ਮਿਲਦੀ ਹੁਣ ਦੇਖੋ ਬਿਲਕੁਲ ਸੈਟੀਸਫਾਈਡ ਆਂ ਜੀ ਬਾਕੀ ਸੈਟੀਸਫਾਈਡ ਇਦਾਂ ਵਾਂ ਕਿ ਜਿਹੜੀ ਅੱਗੋਂ ਕੰਮ ਕਰਨ ਦੀ ਭੁੱਖਾ ਉਹ ਨਹੀਂ ਜਾਂਦੀ ਤੇ ਬੰਦਾ ਚਾਹੁੰਦਾ ਕਿ ਇਸ ਤੋਂ ਵੀ ਉੱਪਰ ਇਸ ਤੋਂ ਉੱਪਰ ਬੰਦਾ ਤੇ ਉਹ ਜਾਣੇ ਵੀ ਨਹੀਂ ਚਾਹੀਦੀ ਹੂੰ 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 ਬਾਕੀ ਲੱਗੇ ਆ ਜੀ ਉਹਦੀ ਕਿਰਪਾ ਹੈ ਪਰਮਾਤਮਾ ਦੀ ਕਿਰਪਾ ਹੈ ਤਾਂ ਅੱਛਾ ਹੀ ਹੋ ਰਿਹਾ ਕੋਈ ਗੋਲ ਮਿੱਥਿਆ ਜ਼ਿੰਦਗੀ ਦਾ ਵੀ ਆ ਗੋਲ ਜਿਹੜਾ ਕਿ ਅਚੀਵ ਕਰਨਾ ਹੈ ਮੈਂ ਤੁਹਾਨੂੰ ਦੱਸ ਰਿਹਾ ਦੱਸਿਆ ਸੀ ਪਹਿਲਾਂ ਵੀ ਦੱਸਿਆ ਸੀ ਕਿ ਬਾਲੀਵੁੱਡ ਦੇ ਵਿੱਚ ਆਪਣਾ ਜਿਹੜੀ ਫਿਲਮਾਂ ਆ ਰਹੀਆਂ ਨੇ ਹਿੰਦੀ ਫਿਲਮਾਂ ਆ ਰਹੀਆਂ ਨੇ ਉਹਨਾਂ ਵਿੱਚ ਮਿਊਜ਼ਿਕ ਕਰਨਾ ਚਾਹੁੰਦਾ ਤੇ ਉਹ ਜਲਦੀ ਉਸ ਚੀਜ਼ ਦੀ ਆਪਣਾ ਲਾਈਨ ਤੇ ਤੁਰੇ ਹੋਏ ਆ ਤੇ ਜਲਦੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਾਂ ਹੁਣ ਕੀ ਸਮਝ ਦੋ ਕਿੰਨਾ ਕੁ ਫਰਕ ਆ ਰਿਹਾ ਹੈ ਜਿਉਂ ਜਿਉਂ ਜ਼ਿੰਦਗੀ ਅੱਗੇ ਵਧ ਰਹੀ ਹੈ ਜਿਹੜੀ ਨਵੀਂ ਪੀੜ੍ਹੀ ਹੈ ਉਹ ਕੀ ਸੁਣਨਾ ਚਾਹਦੀ ਹੈ ਨਵੀਂ ਪੀੜ੍ਹੀ ਜੀ ਅਸਲ 'ਚ ਕੀ ਗੱਲ ਆ ਆਪਾਂ ਜੋ ਸੁਣਾਵਾਂਗੇ ਨਾ ਉਹ ਨਵੀਂ ਪੀੜ੍ਹੀ ਸੁਣੇਗੀ ਹੁਣ ਅੱਜ ਕੱਲ ਦੇ ਮਿਊਜ਼ਿਕ ਡਾਇਰੈਕਟਰ ਜਿਨੇ ਵੀ ਬੜਾ ਅੱਛਾ ਕੰਮ ਕਰ ਰਹੇ ਨੇ ਹੈਨਾ ਸਾਊਂਡ ਚੇਂਜ ਹੋ ਗਈ ਹੋਈ ਆ ਪਹਿਲਾ ਸਿਸਟਮ ਹੋਰ ਸੀ ਹੁਣ ਸਾਊਂਡ ਬਹੁਤ ਜ਼ਿਆਦਾ ਰਿਚ ਹੋ ਚੁੱਕੀ ਆ ਅੱਜਕੱਲ੍ਹ ਜਿਹੜੇ ਕਈ ਗਾਣੇ ਗਏ ਉਹ ਬੀਟ ਪ੍ਰਧਾਨ ਗਾਣੇ ਨੇ ਵੋਕਲ ਪਰ ਬੀਟ ਵਿੱਚ ਕਿਤਨਾ ਕਿਤੇ ਸਿੰਗਰ ਦੀ ਜਿਹੜੀ ਕਿ ਆਵਾਜ਼ ਜਿਹੜੀ ਕਿ ਉਹ ਦੱਬ ਜਾਂਦੀ ਹੈ ਦੱਬ ਜਾਂਦੀ ਆ ਬਟ ਹਜੇ ਵੀ ਬੜੇ ਸਾਰੇ ਆਪਣਾ ਸਿੰਗਰ ਨੇ ਬੜੇ ਸਾਰੇ 뮤ਜ਼ਿਕ ਡਾਇਰੈਕਟਰ ਨੇ ਜਿਹੜਾ ਅੱਛਾ ਕੰਮ ਕਰ ਰਹੇ ਨੇ ਤੇ ਕਿਉਂਕਿ ਆਪਾਂ ਸ਼ੁਰੂ ਤੋਂ ਕਲਾਸਿਕਲ ਸਿੱਖੇ ਹੈ ਹਨਾ ਟ੍ਰੇਨਿੰਗ ਲਈ ਤੇ ਸਾਡੇ ਮਨ ਚ ਉਹ ਚੀਜ਼ ਨਹੀਂ ਜਾਂਦੀ ਕਿ ਸਾਡੇ ਦਿਲ ਚੋ ਚੀਜ਼ ਨਹੀਂ ਜਾਂਦੀ ਅਸੀਂ ਮੈਲੋਡੀ ਨੂੰ ਮੁੱਖ ਰੱਖ ਕੇ ਹੀ ਕੰਮ ਕਰੀਦਾ ਹੈ ਤੇ ਕਰਦੇ ਰਵਾਂਗੇ ਇਹ ਤਾਂ ਸੰਗੀਤ ਨਹੀਂ ਸੀ ਦੁਨੀਆ ਵਿੱਚ ਜਾਂ ਸੰਗੀਤ ਥੋੜੀ ਜ਼ਿੰਦਗੀ ਵਿੱਚ ਨਹੀਂ ਸੀ ਮਾਫ ਕਰਨਾ ਤੇ ਉਦੋਂ ਜ਼ਿੰਦਗੀ ਕੁਛ ਬੇਰੰਗ ਜੀ ਲੱਗਦੀ ਸੀ ਕਿ ਹੁਣ ਕਿੰਨੀ ਕੁ ਰਿਚ ਲੱਗਦੀ ਹੈ ਜ਼ਿੰਦਗੀ ਨਹੀਂ ਜੀ ਸੰਗੀਤ ਇਹ ਨਹੀਂ ਹੁੰਦਾ ਕਿ ਜੇ ਮੈਂ ਉਸ ਲਾਈਨ 'ਚ ਨਹੀਂ ਗਾ ਸੰਗੀਤ ਜਿਉਂ ਬੰਦਾ ਸ਼ੁਰੂ ਹੁੰਦਾ ਹੈ ਨਾ ਬੰਦੇ ਦਾ ਜਨਮ ਹੁੰਦਾ ਹੈ ਤੇ ਮਰਨ ਤੱਕ ਸੰਗੀਤ ਨਾਲ-ਨਾਲ ਹੀ ਚੱਲਦਾ ਹੈ ਹਮ ਬੱਚੇ ਦੀ ਕਲਕਾਰੀਆਂ ਤੋਂ ਲੈ ਕੇ ਹਨਾ ਅਸੀਂ ਗੱਲ ਕਰ ਰਹੇ ਹਾਂ ਨਾ ਇਹ ਵੀ ਇਹਦੇ ਇਹਦੇ ਵਿੱਚ ਵੀ ਸੰਗੀਤ ਹੈ ਹਮ ਹੁਣ ਅਸੀਂ ਗੱਲ ਕਰ ਰਹੇ ਹਾਂ ਇਹ ਮੱਧਯ ਸੱਤਕ ਦੇ ਵਿੱਚ ਗੱਲ ਕਰ ਰਹੇ ਹਾਂ ਜੇ ਬਿਲਕੁਲ ਆਪਾਂ ਹੋਲੀ ਗੱਲਾਂ ਗੱਲ ਕਰਾਂਗੇ ਮੰਦਰ ਸੱਤਕ ਤੇ ਹੋਲੀ ਹੋਲੀ ਗੱਲ ਕਰਾਂਗੇ ਜਿਹਨੂੰ ਕਿਨੂੰ ਉੱਚੀ ਆਵਾਜ਼ ਮਾਰਦੀ ਨਾ ਉਹ ਤਾਰ ਸੱਤਕ ਜੀ ਮਤਲਬ ਹਰ ਚੀਜ਼ ਦੇ ਵਿੱਚ ਸੰਗੀਤ ਹੈ ਪਾਣੀ ਦੇ ਵਿੱਚ ਸੰਗੀਤ ਹੈ ਹਵਾ ਵਿੱਚ ਵੀ ਸੰਗੀਤ ਹੈ ਪਾਣੀ ਦੀ ਲਹਿਰਾਂ ਵਿੱਚ ਸੰਗੀਤ ਹੈ ਮਤਲਬ ਹਰ ਚੀਜ਼ ਸੰਗੀਤ ਹੈ ਸੰਗੀਤ ਉਹ ਪਰਮਾਤਮਾ ਦੀ ਉਹਦੇ ਵਿੱਚ ਜਿਹੜਾ ਸੰਗੀਤ ਹੈ ਉਹਦੇ ਵਿੱਚ ਪਰਮਾਤਮਾ ਹੈ ਬੜੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਬਿਲਕੁਲ ਤਕੀ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਸਮਾਜ ਨੂੰ ਕਿਉਂਕਿ ਸਟ्रेस ਬਹੁਤ ਜ਼ਿਆਦਾ ਹੋ ਗਿਆ ਹੈ ਸਮਾਜ ਅੰਦਰ ਤੇ ਕਹਿੰਦੇ ਸਟ्रेस ਜੇ ਖਤਮ ਕਰਨੀ ਹੋਵੇ ਤਾਂ ਸੰਗੀਤ ਹੀ ਇੱਕ ਜ਼ਰੀਆ ਹੈ ਸੰਗੀਤ ਹੀ ਮੈਂ ਤੁਹਾਨੂੰ ਆਲਰੇਡੀ ਕਹਾਂ ਚ ਸੰਗੀਤ ਰੂਹ ਦੀ ਖੁਰਾਕ ਹੈ ਜਦੋਂ ਬੰਦਾ ਪਰੇਸ਼ਾਨ ਹੁੰਦਾ ਹੈ ਨਾ ਉਹ ਤੋਂ ਸੈਡ ਸੰਗਸ ਹੁੰਦਾ ਹੈ ਜਦੋਂ ਹੈਪੀ ਹੁੰਦਾ ਹੈਪੀ ਮੂਡ ਵਾਲੇ ਗਾਣੇ ਹੁੰਦਾ ਹੈ ਹਨਾ ਤੇ ਜਿਹੜਾ ਸੰਗੀਤ ਉਹ ਸੰਗੀਤ ਥੈਰੇਪੀ ਵੀ ਇੱਕ ਆਂਦੀ ਹੈ ਨਾ ਜਿਹੜਾ ਬੰਦੇ ਨੂੰ ਕਹਿੰਦੇ ਨਾ ਬੰਦਾ ਮੈਂਟਲੀ ਪਰੇਸ਼ਾਨ ਹੁੰਦਾ ਉਹਨੂੰ ਫਿਰ ਸੰਗੀਤ ਥੈਰੇਪੀ ਦਿੰਦੇ ਆ ਉਹ ਠੀਕ ਹੋ ਜਾਂਦਾ ਹੈ ਸੰਗੀਤ ਦੇ ਵਿੱਚ ਇੰਨੀ ਤਾਕਤ ਆ ਪੁਰਾਣੇ ਕਹਿੰਦੇ ਸੀ ਨਾ ਕਿ ਆਪਣਾ ਤਾਨਸੇਨ ਜੀ ਆਪਣਾ ਜਦੋਂ ਗਾਉਂਦੇ ਸੀ ਤੇ ਆਪਣਾ ਜਿਹੜਾ ਦੀਪਕ ਸੀ ਹਨਾ ਉਹ ਜਗਾ ਰਹੇ ਹੁੰਦੇ ਸੀ ਹਨਾ ਬਾਰਿਸ਼ ਹੋ ਜਾਂਦੀ ਸੀ ਸੰਗੀਤ ਦੇ ਵਿੱਚ ਇੰਨੀ ਤਾਕਤ ਆ ਕਿ ਕਿਸੇ ਵੀ ਵਾਈਬ੍ਰੇਸ਼ਨਸ ਇੰਨੀਆਂ ਨੇ ਉਹਨੂੰ ਕਿਉਂਕਿ ਅੱਜ ਕੱਲ ਉਹ ਚੀਜ਼ ਨਹੀਂ ਰਹੀ ਉਨੀ ਤਪੱਸਿਆ ਨਹੀਂ ਰਹੀ ਉਹਨੀ ਭਗਤੀ ਨਹੀਂ ਰਹੀ ਉਹਨ ਰਿਆਜ਼ ਨਹੀਂ ਰਿਆਜ਼ ਨਹੀਂ ਰਿਆ ਤੁਸੀਂ ਕਿੰਨਾ ਕੁ ਫਿਰ ਰਿਆਜ਼ ਕੀਤਾ ਇਸ ਵਾਸਤੇ ਮੈਂ ਤੁਹਾਨੂੰ ਹੁਣ ਸੱਚਾਈ ਦੱਸਾਂ ਕਿ ਰਿਆਜ਼ ਪਹਿਲੇ ਰਿਆਜ਼ ਬਹੁਤ ਕੀਤਾ ਹੈ 6-6 ਘੰਟੇ 7-7 ਘੰਟੇ ਡੇਲੀ ਦਾ ਹੈਨਾ ਹੁਣ ਜਦੋਂ ਦੇ ਇਸ ਲਾਈਨ 'ਚ ਪਏ ਆ ਹੁਣ ਬਸ ਕੰਪੋਜੀਸ਼ਨ ਬਣਾਈਆਂ ਨੇ ਤੋ ਨਾ ਬਣਾਈਆਂ ਨੇ ਬਾਕੀ ਜਿਹੜਾ ਹੱਥੀ ਰਿਆਜ਼ ਅੱਗੇ ਨਾਲੋਂ ਘਟ ਗਿਆ ਵਾ ਵੈਸੀ ਸੈਟੀਸਫੈਕਸ਼ਨ ਹੈ ਬਿਲਕੁਲ ਸੈਟੀਸਫੈਕਸ਼ਨ ਆਉਣ ਵਾਲੇ ਟਾਈਮ 'ਚ ਹੋਰ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਜਲਦੀ ਤਾਂ ਬਿਲਕੁਲ ਜੀ ਇਹ ਨੇ ਉੱਭਰਦੇ ਹੋਏ 뮤జిక్ ਡਾਇਰੈਕਟਰ આરਬੀ ਕਿਉਂਕਿ ਹਰ ਕਿਸੇ ਦੀ ਜ਼ਿੰਦਗੀ ਦਾ ਇੱਕ ਸੁਪਨਾ ਹੁੰਦਾ ਹੈ 10 ਸਾਲ ਪਹਿਲੇ ਇਹਨਾਂ ਨੇ ਇਸ ਫੀਲਡ ਵਿੱਚ ਆਪਣੀ ਜਿਹੜੀ ਕਿ ਉਹ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਕਾਫੀ ਸਾਰੇ ਜਿਹੜੇ ਕਿ ਮజే ਹੋਏ ਕਲਾਕਾਰਾਂ ਨਾਲ ਮజే ਹੋਏ ਗਾਇਕਾਂ ਨਾਲ ਜਿਹੜਾ ਕਿ ਉਹ ਕੰਮ ਕਰ ਚੁੱਕੇ ਨੇ ਤੇ ਇਹਨਾਂ ਦੀ ਇਹੀ ਖੁਆਇਸ਼ ਹੈ ਬੇ ਹੁਣ ਜਿਹੜੀ ਕਿ ਬਾਲੀਵੁੱਡ ਦੇ ਜਿਹੜੇ ਕਿ ਸਿੰਗਰਜ਼ ਏ ਉਹਨਾਂ ਵਾਸਤੇ 뮤జిక్ ਕੰਪੋਜ਼ ਕਰ ਸਕਣ ਕਮਲਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਛਰੀਚਾ ਤੈਨਿਕ ਸੂਰਤੀ ਵੀ ਅੰਮ੍ਰਿਤਸਰ